ਅੰਬ ਦਾ ਚਾਰ, ਸੇਬ ਦਾ ਚਾਰ, ਡੇਲਿਆਂ ਦਾ ਚਾਰ, ਗਾਜਰਾਂ ਦਾ ਚਾਰ, ਇਹ ਚਾਰ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਜਾਂਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਆਪਣੇ ਨਿਊ ਵਲੌਗ ਵਿੱਚ ਤੁਹਾਡਾ ਸਭ ਦਾ ਸਵਾਗਤ ਆ, ਬਹੁਤ ਸਾਰਾ ਪਿਆਰ ਤੇ ਸਤਿਕਾਰ। ਸੋ ਅੱਜ ਕਰਨ ਲੱਗੇ ਆਪਾਂ ਨਿਊ ਵਲੌਗ ਸ਼ੁਰੂ। ਅੱਜ ਵਾਲਾ ਵਲੌਗ ਕਰਨਾ ਆਪਾਂ ਫੂਡ ਵਲੌਗਿੰਗ ਤੇ। ਘਰੇ ਬਹਿ ਗਏ, ਅੱਜ ਆਪਾਂ ਰੌਣਕਾਂ ਲਾਵਾਂਗੇ ਬੇਬੇ ਦੀਆਂ ਗੱਲਾਂ ਬਾਤਾਂ, ਬੇਬੇ ਦੀਆਂ ਬੋਲੀਆਂ ਤੇ ਬੇਬੇ ਦੇ ਝੂਠ, ਮੰਮੀ ਜੀ ਦੀਆਂ ਗੱਲਾਂ ਬਾਤਾਂ। ਐਵੇਂ ਕਹਿੰਦਾ ਫਰੂਟ ਕੋਈ ਨਹੀਂ ਚਾਰ ਆ। ਸੋ ਅੱਜ ਆਪਾਂ ਬਣਾਉਣਾ ਚਾਰ। ਆਪਣੀ ਗੱਡੀ ਤੇ ਕੋਈ ਬੈਠ ਮਾਰ ਗਈ ਤੇ ਪੋਤਾ ਟੈਕਸ ਲਾਦ ਗਏ। ਹੁਣ ਇਹ ਬੈਠ ਭਾਵੇਂ ਕਿਹਦੀ ਆ? ਬਗਲੇ ਦੀ ਹੋਊਗੀ, ਮੈਂ ਪੱਕੀ ਗੱਲ ਆ। ਤੈਨੂੰ ਕਿਵੇਂ ਪਤਾ? ਨਹੀਂ ਬਹੁ ਗੰਦ ਪਾਉਂਦਾ ਬਾਲਾ ਬਗਲਾ। ਆ ਇਧਰ ਸਾਰੇ ਡੂੰਘੀਆਂ ਸਾਰੇ ਜਾਣੇ ਪੁੱਛਦੇ ਪਏ ਬੇਬੇ ਦੇ ਆ ਚੋ ਕਿੰਨੇ ਬੈਂਡ ਆਏ, ਕਿੰਨੇ ਬੈਂਡ ਆਏ ਆ। ਤੁਸੀਂ ਆਪ ਹੀ ਦੱਸ ਦੋ। ਤੂੰ ਕਹਿ ਨਾ ਬੇਬੇ ਦੇ ਬੈਂਡ ਆਏ ਜ਼ੀਰੋ, ਤਿੰਨ ਚਾਰ ਵਾਰੀ ਕਰ ਲਿਆ, ਹੁਣ ਹਾਰ ਕੇ ਹਾਰ ਹੀ ਗਏ ਆ। ਬੇਬੇ ਸਨੋਵਰ ਨੇ ਅੱਜ ਤੋਂ 3 ਸਾਲ ਪਹਿਲਾਂ ਆਈਲੈਟਸ ਕੀਤੀ ਸੀ, ਕਿੰਨੇ ਬੈਂਡ ਆਏ ਸੀਗੇ? ਸਾਢੇ ਚਾਰ ਹੋਰ ਆ ਗਏ। ਚੰਗੀ ਤਰ੍ਹਾਂ ਚੀਰ ਲੈਣਾ ਅਦਰਕ ਨੂੰ, ਫੇਰ ਸੁਕਾ ਲੈਣਾ। ਸੁਕਾ ਕੇ ਫੇਰ ਨੂਣ ਤੇ ਹਲਦੀ ਰਲਾ ਕੇ ਪਾ। ਉਹ ਆਪਾਂ ਤੁਹਾਨੂੰ ਸਾਰਾ ਅੱਗੇ ਪ੍ਰੋਸੀਜਰ ਦੱਸ ਹੀ ਦੇਣਾ ਤੇ ਮਿਰਚਾਂ ਵੀ ਐਂ ਕਰਨੀਆਂ। ਮਿਰਚਾਂ ਕਰਨੀਆਂ ਪਹਿਲਾਂ ਅਦਰਕ ਫਿਰ ਮਿਰਚ। ਅਦਰਕ ਆਏ ਪਹਿਲਾਂ ਨਾ ਵੀ ਛਿੱਲਣ ਤੋਂ ਪਹਿਲਾਂ ਲਿਆ ਕੇ ਧੋ ਲਿਆ ਸੀ, ਧੋ ਕੇ ਇਹਨੂੰ ਸੁਕਾ ਲਿਆ। ਹੁਣ ਆਏ ਆ ਵੀ ਛਿੱਲ ਕੇ ਧੋਣ ਦੀ ਲੋੜ ਨੀ, ਹੁਣ ਛਿੱਲ ਕੇ ਚੀਰ ਕੇ ਆਪਾਂ ਧੁੱਪੇ ਧਰ ਦਾਂਗੇ। ਓਕੇ ਓਕੇ ਵੈਰੀ ਗੁੱਡ। ਦਾ ਚਾਰ, ਸੇਬ ਦਾ ਚਾਰ, ਡੇਲਿਆਂ ਦਾ ਚਾਰ, ਗਾਜਰਾਂ ਦਾ ਚਾਰ, ਇਹ ਚਾਰ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਜਾਂਦੇ ਆ। ਮੈਂ ਸੁਣਾਵਰ ਤੂੰ ਕਿਵੇਂ ਬੋਲਦਾ ਸੀ? ਆ ਡੇਲਿਆਂ ਦਾ, ਹਾਂ ਬੋਲੀ ਆਲਿਆਂ ਦਾ। ਅੰਬ ਦਾ ਕਿੱਦਾਂ ਹੈ? ਅੰਬ ਦਾ ਚਾਰ, ਡੇਲਿਆਂ ਦਾ ਚਾਰ, ਢੇਊ ਦਾ ਚਾਰ, ਚਾਰ ਹੀ ਚਾਰ ਹੈ। ਵਧੀਆ ਸ਼ੁੱਧ ਤੇਲ ਤੋਂ ਬਣਿਆ ਹੋਇਆ ਚਾਰ ਆ, ਹਲਦੀ ਦਾ ਚਾਰ, ਮਖਾਣੇ ਦਾ ਚਾਰ। ਇਹਨੂੰ ਰੇੜੀ ਲੈ ਕੇ ਦੇਈਏ, ਘਰੇ ਵੀ ਵਿਹਲਾ ਬੈਠਾ ਰਹੀ। ਲਓ ਮਿੱਤਰੋ ਅਦਰਕ ਸਾਰਾ ਚੀਰ ਲਿਆ ਆ, ਉਹ ਰੱਖਤਾ ਤੇ ਹੁਣ ਵਾਰੀ ਆਊਗੀ ਮਿਰਚਾਂ ਦੀ। ਅਦਰਕ ਨੂੰ ਰੱਖਾਂਗੇ ਧੁੱਪੇ। ਅੱਛਾ ਚੀਰਨ ਵਾਲੇ, ਚਲੋ ਚੀਰੋ ਫਿਰ। ਬੇਬੇ ਚਲੋ ਦੱਸੋ, ਇਹ ਸਾਰਾ ਕੁਝ ਤੇ ਚੱਲਦੇ ਹੀ ਰਹਿਣਾ। ਤੁਸੀਂ ਬਾਪੂ ਜੀ ਨਾਲ ਪਹਿਲੀ ਵਾਰੀ ਘੁੰਮਣ ਕਿੱਥੇ ਗਏ ਸੀ? ਘੁੰਮਣ ਫਿਰਨ ਜਾਣਾ ਕਿੱਥੇ ਸੀ? ਖੇਤ ਗਏ ਸੀ ਘੁੰਮਣ ਜਾਣਾ ਸੀ, ਤੇ ਮਨੀਕਾ ਕੈਨੇਡਾ ਲੈ ਕੇ ਨੀ ਗਏ? ਜਾਣਾ ਕਿੱਥੇ ਸੀ ਇਹਨਾਂ ਨੇ? ਜਾਣਾ ਕਿੱਥੇ ਸੀ ਇਹਨਾਂ ਨੇ? ਲੈ ਕੇ ਨੀ ਗਏ? ਘਰ ਦੀ ਬਿੱਲੀ ਘਰੇ ਮਿਆਉ, ਇਹਨਾਂ ਨੇ ਤਾਂ ਘਰੇ ਰਹਿੰਦੇ ਸੀ। ਅੱਛਾ, ਤੇ ਖੇਤ ਜਾ ਕੇ ਫਿਰ ਘੁੰਮੇ ਫਿਰੇ ਉੱਥੇ? ਖੇਤ ਤਾਂ ਘੁੰਮਣਾ ਫਿਰਨਾ ਸੀ ਜਦੋਂ ਪੈਲੀ ਵਾਹੁੰਦੇ ਸੀ। ਅੱਛਾ, ਬਾਪੂ ਜੀ ਪੈਲੀ ਵਾਹੁੰਦੇ ਹੁੰਦੇ ਸੀ, ਤੇ ਰੋਟੀ ਲੈ ਕੇ ਜਾਂਦੇ ਹੁੰਦੇ? ਹੋਰ, ਰੋਟਾ ਸੀਗਾ ਤੇ 2 ਬਲਦਾਂ 3 ਜੋੜੀਆਂ ਸੀ, 2 ਬੋਤਾ ਭਾਈ ਜੀ ਪਾਉਂਦਾ ਹੁੰਦਾ ਸੀ, ਗੁਰਪਾਲ ਦਾ ਪਿਓ। ਖੂਹ ਤੇ ਵੀ ਜੋੜਿਆ ਹੁੰਦਾ, ਖੋਪੇ ਦੇ ਦਿੰਦੇ। ਮਾਰਦਾ ਨੀ? ਵੜਦਾ ਸੀ, ਮਾਰਦਾ ਨੀ ਹੁੰਦਾ। ਅੱਛਾ, ਵੜਦਾ ਸੀ, ਵੜਦਾ ਬਹੁਤ ਸੀਗਾ। ਇਹ ਭਾਈ ਜੀ ਤੋਂ ਸੂਤ ਆਉਂਦਾ ਸੀ, ਦੂਜੇ ਕੋਲ ਤਾਂ ਨਹੀਂ ਆਉਂਦਾ ਸੀ। ਸੋ ਹਾਂਜੀ ਦੋਸਤੋ, ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਾਂਗੇ ਵਾਓ ਸਕਿਨ ਸਾਇੰਸ ਉਪਟਨ ਰੇਂਜ ਪ੍ਰੋਡਕਟ ਦੇ ਬਾਰੇ ਚ। ਸੋ ਜੇ ਆਪਾਂ ਗੱਲ ਕਰੀਏ ਪ੍ਰੋਡਕਟ ਬਾਰੇ, ਵਾਓ ਇੱਕ ਇਹੋ ਜਿਹਾ ਬ੍ਰਾਂਡ ਆ ਜਿਹਦੇ ਹਰ ਇੱਕ ਪ੍ਰੋਡਕਟ
ਨੈਚੁਰਲ ਜੀਆਂ ਚੀਜ਼ਾਂ ਤੋਂ ਬਣਦੇ ਆ। ਇਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਐਡ ਨਹੀਂ ਕੀਤੀ ਹੁੰਦੀ ਜਿਹਦਾ ਕਿ ਤੁਹਾਡੀ ਸਕਿਨ 'ਤੇ ਸਾਈਡ ਇਫੈਕਟ ਹੋਵੇ ਜਾਂ ਕਿ ਤੁਹਾਡੀ ਸਕਿਨ ਨੂੰ ਹਾਰਮ ਕਰੇ। ਸੋ ਜੇ ਆਪਾਂ ਗੱਲ ਕਰੀਏ ਇਹਦੇ ਪ੍ਰੋਡਕਟ ਬਾਰੇ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵਾਓ ਸਕਿਨ ਸਾਇੰਸ ਉਪਟਨ ਫੇਸ ਵਾਸ਼ ਦੇ ਬਾਰੇ, ਜੋ ਕਿ ਬੜੀਆਂ ਹੀ ਨੈਚੁਰਲ ਚੀਜ਼ਾਂ ਤੋਂ ਬਣਿਆ ਹੁੰਦਾ, ਜਿਵੇਂ ਕਿ ਗੁਲਾਬ ਜਲ, ਹਲਦੀ, ਚੰਦਨ ਦੀ ਲੱਕੜ। ਸੋ ਬਹੁਤ ਹੀ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਨੈਚੁਰਲ ਆ ਤੇ ਇਹਦਾ ਤੁਹਾਡੀ ਸਕਿਨ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਊਗਾ, ਬਲਕਿ ਇਹਦੇ ਨਾਲ ਤੁਹਾਡੀ ਸਕਿਨ ਹੋਰ ਗਲੋ ਕਰੂਗੀ। ਦੋਸਤੋ ਇਹਦੇ ਵਿੱਚ ਗੁਲਾਬ ਜਲ ਵੀ ਹੁੰਦਾ ਜਿਹੜੇ ਕਿ ਤੁਹਾਡੇ ਸਕਿਨ ਦੇ ਜਿਹੜੇ ਟੈਨ ਹੁੰਦੇ ਉਹਨਾਂ ਨੂੰ ਲਾਈਟ ਕਰਨ ਵਿੱਚ ਤੁਹਾਡੀ ਹੈਲਪ ਕਰਦੇ ਆ ਤੇ ਸਕਿਨ ਨੂੰ ਹੋਰ ਗਲੋ ਕਰਨ ਵਿੱਚ ਹੈਲਪ ਕਰਦੇ ਆ। ਸੋ ਦੋਸਤੋ ਜੇ ਆਪਾਂ ਗੱਲ ਕਰੀਏ ਕਿ ਆਪਾਂ ਇਸ ਨੂੰ ਯੂਜ਼ ਕਿੱਦਾਂ ਕਰਨਾ, ਪਹਿਲਾਂ ਤਾਂ ਆਪਾਂ 1 ਤੋਂ 2 ਡ੍ਰੌਪਸ ਇਹਦੀਆਂ ਆਪਦੇ ਹੱਥ 'ਤੇ ਲੈ ਕੇ ਸਰਕੂਲਰ ਮੋਸ਼ਨ ਵਿੱਚ ਆਪਦੇ ਸਾਰੇ ਫੇਸ 'ਤੇ ਰੱਬ ਕਰਨਾ, ਫਿਰ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਵਾਸ਼ ਕਰ ਲੈਣਾ। ਸੋ ਇਸ ਤੋਂ ਬਾਅਦ ਆਪਾਂ ਲਵਾਂਗੇ ਵਾਓ ਸਕਿਨ ਸਾਇੰਸ ਉਪਟਨ ਸੀਰਮ। ਸੋ ਇਹਦੀਆਂ ਆਪਾਂ 4 ਤੋਂ 5 ਡ੍ਰੌਪਸ ਲਵਾਂਗੇ, ਉਹਨੂੰ ਆਪਣੇ ਸਾਰੇ ਫੇਸ 'ਤੇ ਅਪਲਾਈ ਕਰਾਂਗੇ। ਸੋ ਇਹ ਆਪਣੇ ਜਿੰਨੇ ਵੀ ਫੇਸ ਦੇ ਟੈਨ ਹੈਗੇ ਆ ਉਹਨੂੰ ਰਿਮੂਵ ਕਰਨ ਵਿੱਚ ਆਪਣੀ ਹੈਲਪ ਕਰੂਗਾ। ਸੋ ਤੁਹਾਨੂੰ ਦੱਸ ਦਈਏ ਇਹਦੇ ਵੀ ਸਾਰੀਆਂ ਨੈਚੁਰਲ ਚੀਜ਼ਾਂ ਹੁੰਦੀਆਂ, ਇਹਦਾ ਵੀ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ। ਸੋ ਇਹ ਹਰ ਇੱਕ ਸਕਿਨ 'ਤੇ ਸ਼ੂਟ ਕਰਦਾ, ਕਿ ਇਹ ਨਹੀਂ ਕਿ ਆਹ ਸਕਿਨ 'ਤੇ ਸ਼ੂਟ ਨਹੀਂ ਕਰੂਗਾ, ਕੋਈ ਵੀ ਸਕਿਨ ਵਾਲੇ ਆ ਇਹਨੂੰ ਯੂਜ਼ ਕਰ ਸਕਦੇ ਆ। ਸੋ ਹਰ ਸਕਿਨ 'ਤੇ ਅਪਲਾਈ ਹੁੰਦਾ ਆ। ਸੋ ਦੋਸਤੋ ਜੇ ਤੁਸੀਂ ਵੀ ਇਸ ਪ੍ਰੋਡਕਟ ਨੂੰ ਖਰੀਦਣਾ ਚਾਹੁੰਦੇ ਹੋ, ਸੋ ਇਸ ਦਾ ਲਿੰਕ ਮੈਂ ਆਪਣੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਇਸ ਨੂੰ ਬਾਏ ਕਰ ਸਕਦੇ ਆ ਤੇ ਵਾਓ ਦੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਸ ਨੂੰ ਖਰੀਦ ਸਕਦੇ ਆ। ਜਿਵੇਂ ਪਹਿਲਾਂ ਬਲਦਾਂ ਨਾਲ ਪੈਲੀ ਪੂਲੀ ਵਾਉਂਦੇ ਸੀ ਹਨਾ, ਬਲਦਾਂ ਨਾਲ ਉੱਠਣਾ, ਤੇ ਇਹ ਟਰੈਕਟਰ ਟਰੂਟਰ ਤੁਹਾਡੇ ਹੁੰਦੇ ਆ, ਸਾਰਾ ਕੁਝ ਆਇਆ ਹੋਣਾ? ਹਾਂ ਅਸੀਂ ਹੁਣ ਹੀ ਆਇਆ, ਜਦੋਂ ਅਸੀਂ ਆਏ ਨਾ ਇਸ ਮਸ਼ੀਨਰੀ ਸਾਰੀ ਆਈ। ਤੇ ਪਹਿਲਾਂ ਟਰੈਕਟਰ ਆਪਾਂ ਕਿਹੜਾ ਲੈ ਕੇ ਆਉਂਦਾ ਹੈ? ਉਹ ਜਾਂਦਾ ਸੀ ਆਸ਼ਾ ਜਿਹਾ। ਅੱਛਾ, ਪਹਿਲਾਂ ਆਸ਼ੇ ਚੱਲਦੇ, ਆਸ਼ਾ ਹੋ ਗਿਆ, 25-11 ਹੋ ਗਿਆ। ਬਲੀ ਦਾ ਮਾਮਾ ਲਿਆਇਆ ਸੀ, ਆਪਾਂ ਦਾ ਕੁਝ ਲਾਉਣ ਨਹੀਂ ਸੀ ਜਾਣਦਾ। ਹਾਂ, ਜਗੀਰ ਸੀਗਾ। ਹਾਂ, ਤੇ ਇਹਨਾਂ ਨੇ ਉਹਨੇ ਲਿਆਂਦਾ ਸੀ, ਉਹ ਪੈਲੀ ਪਾਉਂਦਾ ਸੀ ਆਪਦੇ ਵੀ ਤੇ ਆਪਣੇ ਵੀ। ਤੇ ਖੁਸ਼ੀ ਤਾਂ ਬੜੀ ਹੋਈ ਹੋਣੀ ਜਦੋਂ ਹੋਰ ਨਾ। ਤੇ ਫਿਰ ਅਸੀਂ ਆ ਸਕੂਟਰ ਲੈ ਕੇ ਦਿੱਤਾ ਭਾਈ ਮਾਸਟਰ ਨੂੰ, ਮਾਮੇ ਨੇ। ਅੱਛਾ, ਤੇ ਇਹ ਨਾ 0 ਆਪੇ ਇਕੱਲਾ ਚਲਾ ਕੇ ਲਿਆ, ਤੇ ਅਸੀਂ ਸਾਰੇ ਜਾਣੇ ਇੱਥੇ ਵਿਹਲੇ ਰਹਿ ਗਏ। ਜਦੋਂ ਸਾਰਾ ਕੁਝ ਨਹੀਂ, ਪਹਿਲੀ ਵਾਰੀ ਫਿਲਮ ਫੁਲਮ ਵੇਖੀ? ਫਿਲਮ ਕਿਹੜੀ ਵੇਖਣੀ ਸੀ, ਮੈਂ ਠੱਠੇ ਗਈ ਸੀ ਤੇ ਰਾਜਾ ਦੇ ਪੇਕੇ। ਹਾਂ, ਰਾਜਾ ਸੀ ਮੇਰੇ ਨਾਲ ਤੇ ਉੱਥੇ ਰਾਜਾ ਫਿਲਮ ਹੈਗੀ ਹੈ ਜੀ, ਜੀਰੇ ਦੇ ਪਹਿਲੇ ਪਾਸੇ ਨਾਲ ਆਰੇ ਦੇ ਕੋਲੇ ਥੀਏਟਰ ਦੀ ਗੱਲ ਕਰ। ਅੱਛਾ, ਥੀਏਟਰ ਚ ਨਹੀਂ, ਟੀਵੀ ਤੇ ਕਹਿੰਨਾ ਘਰੇ ਕਰੇ ਹੈ। ਤੇ ਫਿਰ ਮੈਂ ਤੇ ਰਾਜ ਨੂੰ ਆਖਿਆ, ਮੈਂ ਰਾਜਾ ਆਪਾਂ ਵੀ ਫਿਲਮ ਵੇਖੀਏ ਤੇ 5 ਰੁਪਏ ਟਿਕਟ ਦੇ ਦਿੱਤੇ। ਅੱਛਾ, ਤੇ ਮੈਂ ਤੇ ਰਾਜ ਫਿਲਮ ਵੇਖੀ। ਵਾਹ ਜੀ ਵਾਹ। ਹੁਣ ਸਨੋਵਰ ਟਿਕਟ ਕਿੰਨੀ ਹੋ ਗਈ ਆ? 250 ਰੁਪਏ। ਅਸੀਂ ਦੋਵੇਂ ਜਾਣੀਆਂ ਠੱਠੇ ਚੱਲ ਗਈਆਂ ਤੇ ਮੈਨੂੰ ਆਂਦੀ ਕਿ ਆਪਾਂ ਚੱਲ ਗਏ, ਤਾਂਗਾ ਚੱਲਿਆ ਅਸੀਂ ਤਾਂ ਤੰਗ ਦੇ ਬਹਿ ਗਏ ਤੇ ਘੋੜਾ ਬੜਾ ਅੜ ਪਏ ਸੀ ਤੇ ਵਾਹਣ ਹੀ ਮੜ ਗਿਆ ਉਹਦਾ। ਅੱਛਾ, ਘੋੜਾ ਤਾਂ ਸੂਸ ਹੀ ਲਿਆਵੇ ਕਿਤੇ ਗੁੱਡੀ ਆਈ ਤਾਂ ਗੱਲ ਕਰਕੇ ਵਿਖਾਉ ਤੇ ਮੈਨੂੰ। ਫਿਰ ਪਏ ਸਾਡੇ ਤਾਂ ਭਾਈ ਹੱਥ ਪਾਇਆ ਤਾਂਗੇ ਨੂੰ ਤੇ ਭਾਈ ਤਾਂ ਜੇ ਲਗਾਉ ਖਿੱਚਣ ਦੇ ਘੋੜਾ ਸੂਸ ਹੀ ਲਾ ਦੇ। ਖੂਬ ਖੜ ਕੇ ਮਧਾਣੀ ਲੱਸੀ ਪੀਣ, ਕੋਰਾ ਪਾਣੀ, ਕੰਮ ਹੈ ਜਮਾਤ ਦਾ ਤੇ ਕੰਮ ਚੰਗਾ ਹੈ ਨੀਗਾ ਪਰਾਹੁਣੇ ਨਾਲ ਦਾ। ਕੰਮ ਚੰਗਾ ਹੈ ਨੀਗਾ ਪਰਾਹੁਣੇ ਨਾਲ ਦਾ। ਲਓ ਵੀ ਮਿੱਤਰੋ, ਅਦਰਕ ਆਪਾਂ ਚੀਰਤਾ ਆ ਤੇ ਹੁਣ ਆ ਵਾਰੀ ਆ ਗਈ ਮਿਰਚਾਂ ਦੀ। ਮਿਰਚਾਂ ਨੂੰ ਵੀ ਉਦਾਂ ਕਰਕੇ ਤੇ ਆਪਾਂ ਧੁੱਪੇ ਰੱਖ ਦੇਣਾ, ਸੁਕਾ ਦੇਣਾ। ਨਹੀਂ ਪਤਾ, ਇਹ ਨਹੀਂ ਧੁੱਪੇ ਰੱਖਣੀਆਂ। ਹੈ, ਤੁਹਾਡੇ ਬਿਆਨ ਹੀ ਨੀ ਰਲਦੇ ਪਏ ਤੇ ਹੁਣ ਆਪਾਂ ਲਵਾਵਾਂਗੇ ਇਹਨਾਂ ਨੂੰ ਧੁੱਪ। ਹੁਣ ਆਪਾਂ ਕਰਾਂਗੇ ਬ੍ਰੇਕ। ਓਏ, ਬ੍ਰੇਕਫਾਸਟ ਕਰਨਾ ਕਿ ਰੋਟੀ ਖਾਣੀ ਆ? ਚਲੋ ਤੂੰ ਲੰਚ ਕਰ ਲਾ, ਮੈਂ ਡਿਨਰ। ਸੋ ਮੈਂ ਡਿਨਰ ਕਰ, ਚਲ ਮੈਂ ਵੀ ਰੋਟੀ ਖਾਣ ਲੱਗਾ ਫਿਰ। ਡਿਨਰ ਕਰਨਾ 12 ਵਜੇ ਉੱਠ ਕੇ। ਬ੍ਰੇਕਫਾਸਟ ਬੇਬੇ ਸਵੇਰ ਦੇ ਖਾਣੇ ਨੂੰ ਕਹਿੰਦੇ ਆ। ਉਹ ਤਾਂ ਤੜਕੇ ਹੁੰਦਾ ਬੇਬੇ, ਸਵੇਰ ਦੇ ਖਾਣੇ ਨੂੰ ਕੀ ਕਹਿੰਦੇ ਆ? ਬ੍ਰੇਕਫਾਸਟ।
सारा समान ले आता लो भी आ सारा तामा जामा नून मिर्च मसाला हल्दी हुल्दी सारा कुछ ले आता ਜਿਹੜਾ ਆਪਾਂ ਇੱਥੇ ਮਿਕਸ ਕਰਨਾ ਹੈ ਇਹ ਬੇਬੇ ਸੌਖਾ ਹੀ ਤਰੀਕਾ ਕੋਈ ਔਖਾ ਕੰਮ ਨਹੀਂ ਬਾਲਾ ਹਨਾ ਬੇਬੇ ਦੱਸੋ ਫਿਰ ਪਹਿਲਾਂ ਕੀ ਪਾਉਣਾ ਪਹਿਲੇ ਨਮਕ ਪਾਏਂਗੇ ਹਮ ਨਮਕ ਪਾ ਰਹੇ ਹਾਂ ਸੋ ਗਾਇਸ ਇਹ ਦੇਖ ਗਏ ਹਮ ਪਹਿਲੇ ਨਮਕ ਪਾ ਰਹੇ ਹਾਂ ਇਤਨਾ ਸਾਰਾ ਨਮਕ ਆ ਸੁਣੋ ਫਿਰ ਭਈਆ ਆਪ ਕੀ ਕਰ ਰਹੇ ਹੋ ਮੈਂ ਸਰੋਂ ਜੋ ਕੱਢਦਾ ਪਿਆ ਦੂਜਾ ਉਹ ਹਿੰਦੀ ਹੈ ਹਮ ਸਰੋਂ ਸੇ ਉਹ ਨਿਕਾਲ ਰਹੇ ਹੈ ਕੀ ਆਪ ਬੇਬੇ ਕੀ ਨਿਕਾਲ ਰਹੇ ਅਸੀਂ ਨੂਣ ਨਿਕਾਲ ਲੈ ਸਰੋਂ ਚੋਂ ਪਹਿਲਾਂ ਤੂੰ ਸੁਸਰੀ ਨਿਕਾਲ ਲੈ ਸੁਸਰੀ ਸਰੋਂ ਥੋੜਾ ਬੀਬੀ ਦੇ ਸਰੋਂ ਆ राई से भैया सुसरी निकाल रहे हैं और हमने नून मिर्च मसाला हल्दी डालेंगे तो हल्दी देखिए आप इतनी सारी एक चमच हल्दी एक चमच हल्दी बाती है इदा मिक्स कर देना सो गाइस अब हम इसको मिक्स कर देंगे राई डालेंगे ये देखिए आप देख सकते मिक्स कर देना इस फाइनली मित्रों अपना चार हो गया रेडी हम आप पावे डब्बे बाला लम्मा चौड़ा प्रोसैस नहीं छोटा जा प्रोसैस है जेडे भी अपने चार खाना पसंद करते जिन्हों के चार वेख के जिन्हों के मुंह च पानी आ रहा घरे जरूर एक बार ट्राई करो रेसिपी तो सारी दसती है सौखी जी रेसिपी क्यों बेबे हूं हाथ ही काम चलो डब्बे पा के ते फिनिश कर देना कच्चा कच्चा बहुत स्वाद सनोवर क्यों ला ला सिटी नाले उन्हें रोटी खाधी है तू हले भी बेबे दस सनोवर नु कह कुछ बेबे शकल तो चोर ही लगता वे सो आस करते हैं कि तुहानू सारयां नू साडा व्लॉग जरूर पसंद आया होगा जे पसंद आया वीडियो नू लाइक कर दिओ ते कमेंट करके जरूर दस्यो कि साडा व्लॉग किदां दा लगा ते चैनल नू सबसक्राइब करना ना भुल्यो ते छेदी मिलदे मित्रो नवे व्लॉग विच थैंक यू थैंक यू फॉलो करिया जो तुहानू।